ਮੇਰੇ ਵੱਲ ਸਾਹਿਬ ਇੱਕ ਆਪਣੇ ਇਲਾਕੇ ਦੇ ਨੰਬਰਦਾਰ ਹੀ ਹਨ ਔਰ ਸਾਰੇ ਦੋਸਤ ਮਖਲੂਕ ਆਵਾਮ ਜਾਣਦੀ ਹੈ ਕਿ ਉਹ ਪੰਚਾਇਤ ਦੇ ਹਵਾਲੇ ਨਾਲ ਹੀ ਮੁਤਬਿਰ ਨਾ ਹਨ ਲੇਕਿਨ ਉਹ ਸਿਆਸਤ ਵਿੱਚ ਕੋਲ ਹਨ। ਮੇਰਾ ਪਹਿਲਾ ਕਦਮ ਸਿਆਸਤ ਦਾ 1983 ਤੋਂ ਬੀ ਡੀ ਇਲੈਕਸ਼ਨ ਤੋਂ ਸਟਾਰਟ ਹੈਗੇ ਉਹ ਤੋਂ ਬਾਅਦ ਬਲ 1988 ਮੈਂ ਬੀ ਡੀ ਇਲੈਕਸ਼ਨ ਜਿੱਤਿਆ 1997 ਮੈਂ ਮੈਂਬਰ ਜ਼ਿਲ੍ਹਾ ਕੌਂਸਲ ਬਣਿਆ ਜਿੱਤਿਆ ਉਹ ਤੋਂ ਬਾਅਦ ਮੇਰਾ ਇੱਕ ਕਜ਼ਨ ਆਏ ਨਾਜ਼ਮ ਵੱਲ ਮੇਰੇ ਬੇਟੇ ਨਾਜ਼ਮ ਚੇਅਰਮੈਨ ਬਣਦੇ ਰਹੇ ਔਰ ਮੈਂ ਜਿੱਤੇ 1983 ਤੋਂ ਬਾਅਦ ਇਲੈਕਸ਼ਨ ਬਲਦਿਆਤੀ ਇਲੈਕਸ਼ਨ ਥਿਆ ਮੈਂ ਹਰ ਇਲੈਕਸ਼ਨ ਹਿੱਸਾ ਕੀਤਾ ਬੇਟਿਆਂ ਨੂੰ ਲੜਾਏ ਆਪ ਲੜਿਆ ਔਰ ਇਨਸ਼ਾਅੱਲਾ ਮੈਂ ਹਮੇਸ਼ਾ ਹਰ ਇਲੈਕਸ਼ਨ ਦੇ ਮੇਰੇ ਵੋਟਾਂ ਇਜ਼ਾਫਾ ਥੇ ਮੈਂ ਜ਼ਿਆਦਾ ਲੀਡ ਗਿਣਦਾ ਰਿਹਾ ਔਰ ਜਨਰਲ ਇਲੈਕਸ਼ਨ ਮੈਂ ਪਹਿਲਾਂ ਲੜਿਆ ਅਤੇ ਅੱਲਾਹ ਤਾਲਾ ਨੂੰ ਜੀਤ ਦਿੱਤੀ ਹੈ ਮੇਰੇ ਦੋਸਤਾਂ ਮੇਰੀ ਬਰਾਦਰੀ ਮੇਰਾ ਸਾਥ ਦਿੱਤਾ ਅਤੇ ਮੈਂ ਕਾਮਯਾਬ ਚਾਹ ਔਰ ਅੱਛੀ ਖਾਸੀ ਲੀਡ ਨਾਲ ਕਾਮਯਾਬ ਚਾਹ ਅਤੇ ਉਹਦੀ ਵਜ੍ਹਾ ਇਹ ਹੈ ਕਿ ਮੈਂ ਦੋਸਤਾਂ ਦੀ ਖਿਦਮਤ ਦੋਸਤਾਂ ਨਾਲ ਮੁਹੱਬਤ ਤਾਲੁਕ ਆਪਣਾ ਕਾਇਮ ਰੱਖਦਾ ਉਹਨਾਂ ਨਾਲ 24 ਘੰਟੇ ਆਪਣਾ ਰਾਬਤੇ ਚਲਾਉਂਦੇ ਸੀ ਦੋਸਤ ਮੇਰੇ ਨਾਲ ਰਾਬਤੇ ਚਲਾਉਂਦੇ ਮੇਰੇ ਕੋਲ ਆਪਣੀ ਵਿਸ਼ਾਦ ਦੇ ਮੁਤਾਬਿਕ ਜਿਤਨੀ ਖਿਦਮਤ ਦੇ ਸਕਦੇ ਮੈਂ ਆਪਣੀ ਆਵਾਮ ਦੀ ਕਰਾਂ ਔਰ ਮੇਰੇ ਕੋਲ ਮੁਹੱਬਤਾਂ ਦੇਣ ਔਰ ਅੰਦਰ ਹੀ ਮੈਂ ਇਵੇਂ ਉਮੀਦ ਰੱਖਦਾ ਇਨਸ਼ਾਅੱਲਾ ਦੋਸਤ।